ਵਾਹਿਗੁਰੂ ਜੀ ਕਾ ਖਾਲਸਾ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਆਪਣੇ ਗੁਰੂ ਮੰਤਰ ਦੀ ਤਾੜੀ ਨਾਲ ਕਰੇ। ਹਾਂ ਬਈ, ਅੱਜ ਕਿੱਦਾਂ ਫਿਰ ਤੁਸੀਂ ਕੋਰਸ ਕਰਨਾ? ਆ ਜਾਓ ਫਿਰ। ਆਹ ਕੋਰਸ ਵਾਲੇ ਦੋ ਕਹਿੰਦੇ ਸਟਾਰ ਲੈ ਕੇ ਆਏ। ਰੈਡੀ ਆ ਜੋ ਫਿਰ। ਰੈਡੀ ਹੈ ਜੀ? ਬੰਦਾ ਬਣਦਾ ਦਿਲਾਂ ਦੇ ਅਦਨੀਆਂ, ਮੈਂ ਤੇਰੇ ਨਾਲੇ ਆਈ ਹੋਈਆਂ। ਓ ਬੰਦਾ ਬਣਦਾ ਦਿਲਾਂ ਦੇ ਅਦਨੀਆਂ, ਮੈਂ ਤੇਰੇ ਨਾਲੇ ਆਈ ਹੋਈਆਂ।
ਸੁਖੀ ਭਾਈ ਸਤਿ ਸ੍ਰੀ ਅਕਾਲ ਸੁਖੀ ਭਾਈ ਲੇਕਿਨ ਤਾੜੀ ਲਾ ਦਿਓ ਹਾਂਜੀ ਸੋ ਇਹ ਸੁਖੀ ਲਈ ਤਾੜੀ ਲਾ ਦਿਓ ਲੰਡਨ ਵਾਗਵਾਨ ਹੋਈਜ਼ੇ ਅੱਛਾ ਬਰਮੀ ਵਾਲੀ ਤਾੜੀ ਲਾ ਦਿਓ ਫਿਰ ਸੋ ਰੋਡ ਵਾਲਿਆਂ ਲਈ ਸਾਰੇ B21 ਮੈਂ B21 ਬਾ ਸੱਤ ਅੱਠ ਸਾਲ ਦਿਆਂ ਐਨੀਬਡੀ ਐਲਸ ਸਮੈਦਿਕ ਓਕੇ ਜ਼ਿਆਦਾ ਬੋਲਣ ਨਾਲ ਇੱਧਰ ਚਾਹ ਭੈਣ ਜੀ ਚਾਹ ਚੂਹ ਛੱਡ ਦਿੱਤੀ ਮੈਂ ਦੋ ਤਿੰਨ ਸਾਲ ਬੜੀ ਪੀਤੀ ਪਰ ਹੁਣ ਮੈਂ ਆਮ ਗੁੱਡ ਬੋਏ ਨਾ ਕਦੇ ਮੈਂ ਫਾਦਾ ਮੈਨੂੰ ਮੇਰੇ ਮੁੰਡਾ ਹੋਇਆ ਇਸ ਕਰਕੇ ਹੁਣ ਮੈਂ ਥੋੜ੍ਹੀ ਛੱਡਦੀ ਹੁਣ ਅੱਗੇ ਅੱਗੇ ਇਕੱਲੇ ਸੀਗੇ ਕੀ ਪਤਾ ਚੱਲ ਉਰਟਿਆ ਹੁਣ ਇਹ ਫਿਕਰ ਰਹਿੰਦਾ ਘਰ ਨੂੰ ਛੋਟਾ ਜਿਹਾ ਬੱਚਾ ਹੈ ਆਣਾ ਜੀ ਖਾਨ ਪੀ ਲਿੰਦਾ ਜਦੋਂ ਹਨਾ ਬੰਦਾ ਚਲੋ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਬਈ ਨਿਆਣੇ ਦਾ ਇੰਨਾ ਸੌਖਿਆ ਤੇ ਮੈਂ 10 ਸਾਲ ਪਹਿਲਾਂ ਕਰ ਲੈਣਾ ਸੀ ਨਿਆਣਾ ਹਾਂ ਤੇ ਆਮ ਰੀਲੀ ਹੈਪੀ ਇਨ ਮਾਈ ਲਾਈਫ ਛੋਟਾ ਜਿਹਾ ਬੱਚਾ ਮੇਰੇ ਕੋ ਅਵਤਾਰ ਸੰਧੂ ਮੇਰੀ ਮਾਂ ਦਾ ਨਾਂ ਅਵਤਾਰ ਕੌਰ ਸੀ ਤੇ ਮੈਂ ਹਾਲੇ ਬਹੁਤ ਮਿਸ ਕਰਦਾ ਆਪਣੀ ਮਾਂ ਨੂੰ ਇਸ ਕਰਕੇ ਮੈਂ ਆਪਣੇ ਪੁੱਤਰ ਦਾ ਨਾਂ ਅਵਤਾਰ ਸਿੰਘ ਸੰਧੂ ਰੱਖਿਆ ਤੇ ਕੱਲ ਨੂੰ ਜੇ ਕਿਤੇ ਮੇਰੇ ਗੁੜੀਆ ਹੋਈ ਉਹਦਾ ਨਾਂ ਰੱਖਣਾ ਸੋਹਿਨੀ ਕਿਉਂਕਿ ਮੇਰੇ ਡੈਡੀ ਦਾ ਨਾਂ ਸੀ ਸੋਹਣ ਸਿੰਘ ਡਰਾਈਵਰ ਤੇ ਪਿਆਰ ਨਾਲ ਲੋਕੀ ਸੋਹਣੀ ਕਹਿੰਦੇ ਸੀ ਤੇ ਮੈਂ ਸੋਹਣੀ ਰੱਖੂੰਗਾ ਉਹਦਾ ਨਾਂ
ਅਗਲਾ ਗਾਣਾ ਸਿੱਧੂ ਮੂਸੇਵਾਲ ਨੂੰ ਡੈਡੀਕੇਟ ਜੀ ਆ ਜਾਓ ਮੈਂ ਬੜਾ ਇੰਗਲੈਂਡ 'ਚ ਤਾਂ ਨਹੀਂ ਪਰ ਇੱਥੋਂ ਬਹੁਤ ਕੁਛ ਸਿੱਖਿਆ ਇੰਗਲੈਂਡ ਲਈ ਇੱਕ ਤਾੜੀ ਲਾ ਦਿਓ ਪੰਜੇ ਅੰਕਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਜੀ ਸਾਰੇ ਹਾਂ ਪੰਜੇ ਅੰਕਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਇੱਦਾਂ ਹੀ ਗੋਰੇ ਆ ਕਈ ਗੋਰੇ ਚੰਗੇ ਵੀ ਆ ਕਈ ਮਾੜੇ ਵੀ ਆ ਅਤੇ ਕਈ ਫੌਜੀ ਚੰਗੇ ਵੀ ਤਾਂ ਮਾੜੇ ਵੀ ਇਹ ਮਾੜੀ ਕਿਸਮਤ ਹੋਵੇ ਜਿੱਦਾਂ ਬੰਦੇ ਨੂੰ ਠੀਕ ਠਾਕ ਟੱਕਰ ਜਾਂਦਾ ਇੱਦਾਂ ਮੈਂ ਗੈਰੀ ਸੰਧੂ ਬਣ ਗਿਆ ਇੱਕ ਟਾਈਮ ਮੈਂ ਵੀ ਗੁੱਡੀ ਸੀ ਕਿਉਂਕਿ ਮੇਰਾ ਵੀ ਇੱਕ ਜਦੋਂ ਬੰਦਾ ਇਕੱਲਾ ਹੋ ਜਾਵੇ ਨਾ ਉਦੋਂ ਬੰਦਾ ਫਿਰ ਇਕੱਲਾ ਹੀ ਆ ਕਿਉਂਕਿ ਬੰਦਾ ਟੂ ਮਚ ਸੋਚਦਾ ਵਾ
ਗਲਤ ਪਾਸੇ ਵੀ ਸੋਚਦਾ ਗੁੱਡ ਪਾਸਾ ਹੁੰਦਾ ਨਹੀਂ ਕਿਉਂਕਿ ਜ਼ਿਆਦਾ ਟਾਈਮ ਫੌਜੀ ਬੰਦੇ ਨੂੰ ਇੱਦਾਂ ਦੇਖਿਆ ਜਾਂਦਾ ਬੰਦਾ ਗਲਤ ਪਾਸੇ ਜਾਂਦਾ ਨਹੀਂ ਨਹੀਂ ਠੀਕ ਹੈ ਓਕੇ ਬਾਜੀ ਸਾਰੇ ਆਪਾਂ ਮੇਰੀ ਗੱਲ ਸੁਣੋ ਇੰਗਲੈਂਡ ਤਾੜੀਆਂ ਮੈਂ ਫਿਰ ਮੈਂ ਹੁਣ ਉਹਨਾਂ ਕੁੜੀ ਲਈ ਪਿਆਰ ਜਦੋਂ ਪਹਿਲਾਂ ਮੈਂ ਗੈਰੀ ਸੰਧੂ ਬਣਿਆ ਮੇਰੇ ਤੋਂ ਪਹਿਲਾਂ ਵੀ ਕਈ ਸੀਨੀਅਰ ਆਰਟਿਸਟ ਸੀ ਪਰ ਅੱਜ ਤੱਕ ਕਦੀ ਕਿਸੇ ਨੂੰ ਡਿਸਰਿਸਪੈਕਟ ਨਹੀਂ ਕੀਤਾ ਮੈਂ ਇੱਦਾਂ ਕਰਕੇ ਅੱਗੇ ਆ ਗਿਆ ਜੋ ਉਹ ਆ ਗਿਆ ਅੱਜ ਕੱਲ੍ਹ ਦੇ ਆਰਟਿਸਟ ਵਾਲੇ ਦੇ ਥਿੰਕ ਦੇ ਗੋਡ ਯੂ ਨੋ ਕੋਈ ਰਿਸਪੈਕਟ ਦੀ ਚੀਜ਼ ਹੁੰਦੀ ਹੈ
ਜਿਹੜਾ ਬੰਦਾ ਬਾਹਰ ਨਹੀਂ ਕਰਦਾ ਉਹ ਘਰ ਕਿੰਨੀ ਰਿਸਪੈਕਟ ਕਰਦਾ ਹੋਵੇਗਾ ਜਾਂ ਰਿਸਪੈਕਟ ਦੀ ਸੈਲਫੀ ਤੁਹਾਡੀ ਇੱਕ ਵਾਰੀ ਖਾਨ ਸਾਹਿਬ ਤੇ ਜੀ ਖਾਨ ਲਈ ਤਾੜੀ ਲਾ ਦਿਓ ਇਸ ਧਰਤੀ ਨੇ ਪਤਾ ਕੀ ਸਿਖਾ ਲਿਆ ਜੇ ਕੋਈ ਵਧੀਆ ਤੁਹਾਨੂੰ ਅੱਗੇ ਲੈ ਕੇ ਆਓ ਇਹ ਦੋਨੇ ਹੀ ਰਿਮ ਰਿਮ ਸੌਂਦੇ ਪਹਿਲਾਂ ਤੋਂ ਦੋਨਾਂ ਤੋਂ ਇਹ ਦੋਨੇ ਹੀ ਪਹਿਲਾਂ ਪਿੱਛੇ ਇੱਧਰ ਲੱਗੇ ਰਹਿੰਦੇ ਉਹ ਮੈਂ ਕਿਹਾ ਭਾਈ ਤੁਸੀਂ ਤੇ ਕਹਿਣ ਗਾਉਂਦੇ ਮੇਰੇ ਨਾਲ ਅੱਜ ਤਾਂ ਤੁਸੀਂ ਉਦਾਂ ਹੀ ਆਏ ਤੇ ਮੇਰੇ ਲਈ ਦੋਨੇ ਸੇਮ ਆ ਪਰ ਆਪਸ ਵਿੱਚ ਹੀ ਲੜਦੇ ਆ ਕਿਉਂਕਿ ਇਹ ਗੱਲ ਹੁਣ ਆਉਣ ਕਰਨ ਲੱਗਾ ਮੈਂ ਸ਼ੇ ਸਮਝਣ ਮੈਂ ਤੂੰ ਨਹੀਂ ਮੈਂ ਦੇਖੋ ਕਿੰਨੀ ਘੈਂਟ ਜੋੜੀ ਹੈ ਨਾ ਗੱਲ ਪਤਾ ਕੀ ਆ ਗੱਲ ਨਾ ਪੈਸਾ ਆ ਗਿਆ ਸਾਰਾ ਜਦੋਂ ਪੈਸਾ ਆ ਜਾਵੇ ਫੇਮ ਆ ਜਾਵੇ ਬੰਦਾ ਚੇਂਜ ਹੋ ਜਾਂਦਾ ਜੇ ਜੇ ਹਲੇ ਤੱਕ ਨੀ ਨਾ ਪਿੱਛੇ ਕੋਰਸ ਕਰਦੇ ਹੁੰਦੇ ਤੇ ਜੱਫੀਆਂ ਪੈਣੀਆਂ ਸੀ ਨਾ ਤੇ ਮੇਰੇ ਹਿਸਾਬ ਨਾਲ ਜੇ ਪਿਆਰ ਨਾਲ ਰਹਿਣਗੇ ਤਾਂ ਵਧੀਆ ਲਾਈਫ ਜਾਣ ਕਿਉਂਕਿ ਹਾਂਜੀ ਪੈਸਾ ਕੋਈ ਨੀ ਕਰ ਸਕਦਾ ਪੈਸਾ ਐਸੀ ਚੀਜ਼ ਹੈ ਨਾ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਲੱਗਦੀ ਮੈਨੂੰ ਆਪਾਂ ਵੀ ਥੈਂਕ ਯੂ ਵੈਰੀ ਮਚ ਫੋਰ ਦਾ ਸੇਫਟੀ ਪਾਰਟ ਪਲੀਜ਼ ਬੇਲ ਦੇ ਬੇਲ ਮੁੰਡੇ ਦੇ ਅਵਤਾਰ ਸੰਧੂ ਨਾਂ ਦੀ ਬੇਲ ਮੈਂ 50 ਹੁੰਦੇ ਦੇਣੇ ਜਾ ਕੇ ਅੱਛਾ ਉਹ ਵੀ ਬਹੁਤ ਸ਼ੌਕੀਨ ਹੈ ਹਲੇ ਨਹੀਂ ਤਾਂ ਹੋਏਗਾ ਪਰ ਮੈਂ ਕਰ ਚੱਲਾਂ ਬਹੁਤ ਪੈਸੇ ਨਾ ਜੋਗੇ ਮੈਂ ਕਿਹਾ ਤੁਹਾਡਾ ਸੂਤਰ ਆਇਆ ਬਾਪੂ ਨੇ ਤਾਂ ਹੋਰ ਪੁੱਤਰ 20 ਸਾਲਾਂ ਚੱਲ ਜਾਣਾ ਮੈਂ ਕਿਹਾ ਤੂੰ ਫਰਾਰੀ ਚ ਤੋਂ ਮਹਿੰਗਾ ਭਾਈ ਇਹ ਕੱਲੇ ਹੋਰ ਨੇ ਇੱਕ ਹੋਰ ਬਣਾਉਣਾ ਗਰੀਬੀ ਵੀ ਬੜੀ ਗਰੀਬੀ ਬੜੀ ਕਹਿਣ ਚੀਜ਼ ਹੈ ਜਿਹੜਾ ਜਿਹੜਾ ਬੰਦਾ ਗਰੀਬ ਹੈ ਨਾ ਵਧੀਆ ਵਧੀਆ ਲਾਈਫ ਹੈ ਹਾਂਜੀ ਆ ਦੋਨੀ ਪਹਿਲਾਂ ਇਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ ਗੱਲ ਫਿਰ ਹੋ ਗਿਆ ਪੈਸਾ ਆ ਗਿਆ ਫੇਮ ਆ ਗਿਆ ਜੇ ਦੋਨੇ ਚੀਜ਼ਾਂ ਕੱਢਦੇ ਜ਼ਿੰਦਗੀ ਚੋਂ ਫਿਰ ਇਹਨਾਂ ਨੇ ਸ਼ਾਇਦ ਮੇਰੇ ਨਾਲ ਹੀ ਕਿਸੇ ਹੋਰ ਨਾਲ ਕੋਰਸ ਕਰਦੇ ਹੁੰਦੇ ਤੇ ਜੁੱਟੀ ਹੋਣੀ ਸੀ ਫਿਰ ਬੜਾ ਪਿਆਰ ਹੋਣਾ ਸੀ ਈਗੋ ਆ ਜਾਂਦੀ ਬੰਦੇ ਵਿੱਚ ਸਿੱਧੂ ਮੂਸੇਵਾਲਾ ਨਾ ਬਣੋਗਾ ਨਾ ਜੱਫੀ ਪਾਓ ਕਰੀ ਵਾਲੀ ਦੋਨੇ ਜਣਿਆਂ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਾਰੇ ਪਾਸੇ ਘੁੰਮਿਆ ਪਰ ਮੈਂ ਕਿਹਾ ਮੈਂ ਜਾਣਾ ਇੰਗਲੈਂਡ ਹੀ ਹੈ ਸਟੂਡੀਓ ਵਿੱਚ ਕੌਣ ਵਧੀਆ ਗਾਉਂਦਾ ਮੈਂ ਉਦਾਂ ਕਹਿੰਦੇ ਮੈਂ ਹੀ ਹਾਂ ਅੱਛਾ ਸਟੂਡੀਓ ਚ ਕੌਣ ਵਧੀਆ ਗਾਉਂਦਾ ਭਾਈ ਜੇ ਨਾ ਵੀ ਕਹੇਗਾ ਭਾਈ ਦੇਖੀ ਕਈ ਵਾਰ ਰੋਇਆ ਜਿੰਨੀ ਵਾਰੀ ਮਾਪੇ ਛੱਡੇ
ਪਿੰਡੋਂ ਦੂਰ ਹੋਇਆ ਸਰਦਾ ਹੁੰਦਾ ਵਿੱਚ ਪੰਜਾ ਨਾ ਪਰਦੇ ਸੀ ਜਾਂਦੇ ਉਹ ਪਿੰਡ ਚ ਬੁੱਲੇ ਲੁੱਟਦੇ ਸੀ ਇੱਥੇ ਨਾ ਧੱਕੇ ਖਾਂਦੇ ਇੱਥੇ ਨਾ ਧੱਕੇ ਉਹ ਸਦਕੇ ਜਾਵਾਂ ਬਲੈ ਸਦਕੇ ਜਾਵਾਂ ਜਿਹਨੇ ਸਾਂਭੇ ਕੋਠੇ ਚੋਏ ਮੈਂ ਤੇ ਮੇਰਾ ਟੈਂਸ਼ਨ ਕਈ ਵਾਰ ਰੋਇਆ ਜਿੰਨੀ ਵਾਰੀ ਮਾਪੇ ਪਿੰਡੋਂ ਦੂਰ ਹੋਇਆ ਮੈਂ ਤੇ ਮੇਰਾ ਟੈਂਸ਼ਨ ਉਹ ਮੈਂ ਤੇ ਮੇਰਾ ਉਹ ਕਰਮਾ ਵਾਲੇ ਪੁੱਤ ਨੇ ਜੋ ਕੋਲ ਪਾਵਾ ਦੇ ਮੇਰੇ ਕੋ ਬਸ ਯਾਦ ਹੀ ਤੇਰੀ ਆਈਓ ਹੋਰੀ ਲੋਕਾਂ ਪਾਣੇ ਹੱਸਦਾ ਆਇਆ ਲੋਕਾਂ ਪਾਣੇ ਹੱਸਦਾ ਸੰਧੂ ਨੇ ਦਰਦ ਲਗੋਇਆ ਮੈਂ ਤੇ ਮੇਰਾ ਕਈ ਵਾਰ ਰੋਇਆ ਜਿੰਨੀ ਵਾਰੀ ਮਾਨੋ ਪਿੰਡੋਂ ਦੂਰ ਹੋਇਆ ਮੈਂ ਤੇ ਮੇਰਾ ਉਹ ਮੈਂ ਤੇ ਮੇਰਾ ਆਪਣੀ ਆਪਣੀ ਮੰਮੀ ਡੈਡੀ ਦੇ ਤਾੜੀ ਲਾ ਲਓ ਜੇ ਕਿਸੇ ਕੋਲ ਹੈਗੇ ਆ ਤਾਂ ਉਹਨਾਂ ਨੂੰ ਟੂ ਮੱਚ ਲਵ ਕਰ ਲਓ ਕਿਉਂਕਿ ਜਦੋਂ ਚਲੇ ਜਾਂਦੇ ਆ ਫਿਰ ਬਾਅਦ ਚ ਪਤਾ ਲੱਗਦਾ ਜੇ ਕਿਸੇ ਕੋਲ ਮਾਂ ਪੇ ਭੈਣ ਭਰਾ ਫੈਮਿਲੀ ਜਿਹੜੀ ਫੈਮਿਲੀ ਹੁੰਦੀ ਆ ਯਾਰ ਦੋਸਤ ਆਉਂਦੇ ਜ਼ਿੰਦਗੀ ਚਲੇ ਜਾਂਦੇ ਆ ਪਰ ਫੈਮਿਲੀ ਫੈਮਿਲੀ ਆ ਕਈ ਵੇਲੇ ਬੰਦਾ ਲੜ ਝਗੜ ਕੇ ਬੰਦਾ ਦੂਰ ਹੋ ਜਾਂਦਾ ਹਾਂ ਭਾਈ ਪੰਜਾਹ ਪੰਜਾਹ ਮੇਰੇ ਪੰਜਾਹ ਕਿੱਥੇ ਗਏ ਭਾਈ ਤੂੰ ਗਹਿਰਾ ਸੰਗ ਦਾ ਸਾਡੀ ਪਰਵਾ ਨਾ ਕਰੀ ਤੂੰ ਕਰਾ ਉਹ ਜਾਨੀ ਦਾ ਜਾਨੀ ਦਾ ਜਾਨੀ ਦਾ ਜਾਨੀ ਦਾ ਓ ਕਰੀ ਤੂੰ ਜ਼ਰਾ ਜਾਨੀ ਦਾ ਜਾਨੀ ਦਾ ਜਾਨੀ ਦਾ ਜਾਨੀ ਦਾ ਓ ਅੱਛਾ ਮੇਰੀ ਗੱਲ ਨਹੀਂ ਤੂੰ
ਰੱਖ ਚੱਲ ਮੇਰਾ ਵਿਆਹ ਵਾਲੇ ਚੱਕਰਾਂ ਚ ਸੋਚ ਸੋਚ ਵੇਖ ਪੀਲਾ ਰੰਗ ਹੋ ਗਿਆ ਬੋਲੂਗਾ ਕੁਛ ਪਾਸ ਦੇ ਤਾਂ ਪਾਪੀ ਤੈਨੂੰ
He's got a point to prove today. भैया मैंने नहीं आपके साथ जाना, आप अकेले गाते रहते हो, मुझे गाने का मौका ही नहीं देते। Oh,
Thank you.